ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਮੋਗਾ ਦੀਆਂ ਸਿੱਖ ਸੰਗਤਾਂ ਵੱਲੋਂ ਮੋਗਾ ਦੇ ਨਾਮ ਦੇ ਭਵਨ ਗੁਰਦੁਆਰਾ ਸਾਹਿਬ ਤੋਂ ਦਸਤਾਰ ਚੇਤਨਾ ਮਾਰਚ ਸ਼ੁਰੂ ਕੀਤਾ ਗਿਆ। ਸੰਗਤਾਂ ਵੱਲੋਂ ਮਾਰਚ ਦੌਰਾਨ ਲਗਾਤਾਰ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ। ਇਸ ਮਾਰਚ ਵਿੱਚ ਸੈਂਕੜੇ ਔਰਤਾਂ ਨੇ ਵੀ ਹਿੱਸਾ ਲਿਆ। ਚੇਤਨਾ ਮਾਰਚ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਅਕਾਲਸਰ ਰੋਡ, ਮੇਨ ਬਾਜ਼ਾਰ, ਪ੍ਰਤਾਪ ਰੋਡ, ਰੇਲਵੇ ਰੋਡ, ਸੇਖਾ ਚੌਂਕ ਵਿੱਚ ਵੀ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿੱਚ ਹੀ ਖਤਮ ਹੋਇਆ। ਜ਼ਿਆਦਾ ਗਰਮੀ ਹੋਣ ਕਰਕੇ ਰਸਤੇ ਵਿੱਚ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲੱਗੀਆਂ ਹੋਈਆਂ ਸਨ ਅਤੇ ਚੇਤਨਾ ਮਾਰਚ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਦਾ ਸੰਦੇਸ਼ ਦਿੰਦਾ ਹੋਇਆ ਅੱਗੇ ਵੱਧ ਗਿਆ ਅਤੇ ਜਿਸ ਦੀ ਸਮਾਪਤੀ ਗੁਰਦੁਆਰਾ ਨਾਮ ਦੇ ਭਵਨ ਵਿਖੇ ਹੋਈ। ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ ਵੈੱਬ ਟੀਵੀ। ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ। ਮੇਰੇ ਬੱਚੇ ਅੰਮ੍ਰਿਤਧਾਰੀ ਸਿੰਘ, ਸਾਡਾ ਪੂਰਾ ਪਰਿਵਾਰ ਅੰਮ੍ਰਿਤਧਾਰੀ ਸਿੰਘ ਸੱਜਿਆ ਹੋਇਆ। ਬੱਚੇ ਦੇਖੋ ਦਮਾਲੇ ਸਜਾ ਕੇ ਕਿੰਨੇ ਸੋਹਣੇ ਲੱਗ ਰਹੇ ਨੇ। ਮੈਂ ਚਾਹੁੰਦੀ ਹਾਂ ਬਹੁਤ ਸਾਰੇ ਬੱਚੇ ਦਸਤਾਰਾਂ ਸਜਾ ਕੇ ਅਤੇ ਗੁਰੂ ਘਰ ਦੀ ਸ਼ਾਨ ਵਧਾਉਣ, ਗੁਰੂ ਦੇ ਆਦੇਸ਼ 'ਤੇ ਚੱਲਣ। ਇਸ ਤੋਂ ਇਲਾਵਾ ਅੱਜ ਤੁਸੀਂ ਕੀ ਸੰਦੇਸ਼ ਦੇਵੋਗੇ ਸਾਰਿਆਂ ਨੂੰ? ਪਤਨੇ ਨੂੰ ਛੱਡ ਕੇ ਨਸ਼ਿਆਂ ਤੋਂ ਬਚੋ ਤੇ ਦਸਤਾਰ ਸਜਾ ਕੇ ਗੁਰੂ ਦੇ ਦੱਸੇ ਮਾਰਗ ਤੇ ਚੱਲੋ। ਤੇ ਬੀਬੀਆਂ ਨੂੰ ਜਿਹੜੇ ਕੀ ਸੰਦੇਸ਼ ਦੇਣਾ ਚਾਹੁੰਗੇ ਜਿਹੜੇ ਦਮਾਲਾ ਸਜਾਉਣ ਤੋਂ ਥੋੜਾ ਪਰਹੇਜ਼ ਕਰਦੀਆਂ ਨੇ, ਉਹਨਾਂ ਬਾਰੇ ਕੀ? ਫੈਸ਼ਨ ਛੱਡ ਕੇ ਤੇ ਗੁਰੂ ਦੇ ਦੱਸੇ ਮਾਰਗ ਤੇ ਚੱਲੋ। ਉਹਨਾਂ ਦੇ ਜਿਹੜੇ ਨਵੇਕਰਾ ਉਪਰਾਲਾ ਜੋ ਕਿ ਦਸਤਾਰ ਦੀ ਮਹੱਤਤਾ ਨੂੰ ਉੱਚਾ ਚੱਕਣ ਅਤੇ ਸਿੱਖੀ ਪ੍ਰਚਾਰ ਲਈ ਖਾਲਸਾ ਪੰਥ ਦੀ ਸਿਰਜਣਾ ਦਿਵਸ ਨੂੰ ਸਮਰਪਿਤ ਅੱਜ ਗੁਰਦੁਆਰਾ ਨਾਮ ਦੇ ਭਵਨ ਤੋਂ ਆਰੰਭਤਾ ਕਰਕੇ ਮੋਗਾ ਇਲਾਕੇ ਦੇ ਵੱਖ ਵੱਖ ਏਰੀਆ ਦੇ ਵਿੱਚੋਂ ਹੁੰਦਾ ਹੋਇਆ ਇੱਥੇ ਨਾਮ ਦੇ ਭਵਨ ਵਿਖੇ ਸਮਾਪਤ ਹੋਵੇਗਾ, ਜਿਸ ਵਿੱਚ ਅਸੀਂ ਸਾਰੇ ਨੌਜਵਾਨਾਂ ਨੂੰ ਅਤੇ ਭੈਣਾਂ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੇਸਰੀ ਦਸਤਾਰਾਂ ਸਜਾ ਕੇ ਸ਼ਾਮਿਲ ਹੋਣ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਬਣ ਕੇ ਇਸ ਮਾਰਚ ਵਿੱਚ
प्रदर्शन कर। वाहेगुरु जी का खालसा वाहेगुरु जी की फतेह। इस चेतना मार्च के असी एक नवेकरा उपराला रखिया कि दस्तार बनने वाला आदमी इदा नहीं वह नीवे पद्धर से होंगे, वह बहुत ही उच्चे पद्धर से पहुँच सकता। उन्हें वक् वक् प्राप्तियां होंदिया ने जिदा नेवी दे विच, पुलिस दे विच, अता होर वक् वक् किरदारां दे विच अपने रोल निभाउंदा अते साबत सूरत दस्तार सिर सजा के वह अपनी दस्तार की महत्ता कायम रख के अपनियां ड्यूटियां निभाउंदा। इस तरह असी नौजवानों ये अपील करते हैं कि दस्तार नाल सब कुछ हासिल किया जा सकता। दस्तार गुरु गोबिंद सिंह जी की आन है, शान है, सिक्की सिदक की प्रतीक है। आप सब संगतां नूं बेनती करते हैं, आप सब संगतां नशियां नूं छड्डो, सिक्की प्रचार विच आओ, इहो जिहे उपराले वख वख एरिया दे विच शुरू करो। वाहिगुरु जी का खालसा वाहिगुरु जी की फतेह।